ਹਾਂ ਜੀ ਸਰਨ, ਸਤਿ ਸ਼੍ਰੀ ਅਕਾਲ। ਮੈਂ ਸੁਖਵਿੰਦਰ ਸਿੰਘ, ਬਿਗ ਐਪਲ ਅਕੈਡਮੀ ਤੋਂ। ਅੱਜ ਆਪਾਂ ਇਹ ਡਿਸਕਸ ਕਰਨ ਲੱਗੇ ਹਾਂ ਕਿ ਜਿਹੜੇ ਐਨਕਲੈਕਸ ਦੇ ਕੁਐਸਚਨ ਆ ਉਹ ਕਿਸ ਬੇਸ 'ਤੇ ਬਣਾਏ ਜਾਂਦੇ ਆ ਅਤੇ ਕਿਹੜੇ ਲੈਵਲ ਦੇ ਕੁਐਸਚਨ ਐਨਕਲੈਕਸ ਦੇ ਵਿੱਚ ਆਉਂਦੇ ਆ। ਜਿਹੜੇ ਐਨਕਲੈਕਸ ਦੇ ਕੋਚਿੰਗ ਐਨਕਲੈਕਸ ਦੇ ਜਿਹੜੇ ਕੁਐਸਚਨ ਹੈਗੇ ਆ ਉਹਨਾਂ ਦੇ ਜਿਹੜਾ ਕੋਗਨੇਟਿਵ ਲੈਵਲ ਆ ਨਾ, ਉਹ ਤੁਸੀਂ ਸੁਣਿਆ ਹੋਊਗਾ ਬਲੂਨਸ ਟੈਕਸੋਨੋਮੀ ਦੇ ਬੇਸ ਦੇ ਉੱਤੇ ਸੈੱਟ ਕੀਤਾ ਜਾਂਦਾ ਅਤੇ ਇਹਦੇ ਅੱਗੇ ਵੱਖਰੇ ਵੱਖਰੀਆਂ ਸਟੇਜਸ ਹੈ। ਦੇਖੋ ਜਿਹੜੇ ਸਾਰਿਆਂ ਤੋਂ ਬੇਸਿਕ ਲੈਵਲ ਦੇ ਕੁਐਸਚਨ ਹੁੰਦੇ ਆ ਉਹ ਹੁੰਦੇ ਆ ਰਿਮੈਂਬਰ ਕਰਨਾ, ਯਾਦ ਰੱਖਣਾ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹਾਈਪਰ ਟੈਂਸ਼ਨ ਕੀ ਹੁੰਦੀ ਹੈ, ਮਸੀਨੀਆ ਗ੍ਰੈਵਿਸ ਕੀ ਹੁੰਦਾ, ਜਾਂ ਗ੍ਰੈਵਿਟੀ ਕੀ ਹੈ, ਜਾਂ ਓਸਮੋਟਿਕ ਪ੍ਰੈਸ਼ਰ ਕੀ ਹੈ, ਹੈ ਨਾ। ਉਸ ਤੋਂ ਬਾਅਦ ਹੁੰਦਾ ਸਮਝਣ ਵਾਲੇ ਐਨਕਲੈਕਸ ਦੇ ਵਿੱਚ ਬੇਸਿਕਲੀ ਯਾਦ ਰੱਖਣ ਵਾਲੇ, ਰਿਮੈਂਬਰ ਵਾਲੇ ਅਤੇ ਅੰਡਰਸਟੈਂਡਿੰਗ ਵਾਲੇ ਕੁਐਸਚਨ ਨਹੀਂ ਆਉਂਦੇ। ਤਾਂ ਹੀ ਜੇ ਤੁਸੀਂ ਕਿਤੇ ਕਿਤੇ ਦੇਖੋਗੇ ਐਨਕਲੈਕਸ ਦੀਆਂ ਕਾਫੀ ਸਾਰੀਆਂ ਬੁੱਕਸ ਚ ਜਾਂ ਨੈਸ਼ਨਲ ਕੌਂਸਲ ਸਟੇਟ ਬੋਰਡ ਆਫ ਨਰਸਿੰਗ ਦੀ ਵੈਬਸਾਈਟ ਤੇ ਲਿਖਿਆ ਹੁੰਦਾ ਕਿ ਐਨਕਲੈਕਸ ਤੁਹਾਡੀ ਮੈਮਰੀ ਚੈੱਕ ਨਹੀਂ ਕਰਦਾ। ਠੀਕ ਹੋ ਗਈ ਨਾ ਗੱਲ। ਜਿਹੜੇ ਐਨਕਲੈਕਸ ਦੇ ਵਿੱਚ ਕੁਐਸਚਨ ਆਉਂਦੇ ਆ ਉਹ ਤੁਸੀਂ ਆਪਣੀ ਨੌਲੇਜ ਨੂੰ ਅਪਲਾਈ ਕਿਵੇਂ ਕਰਨਾ ਐਪਲੀਕੇਸ਼ਨ ਬੇਸ 'ਤੇ, ਅਤੇ ਅੱਗੇ ਉਸ ਤੋਂ ਉਹਦਾ ਅਨਾਲਿਸਿਸ ਕਿਵੇਂ ਕਰਨਾ ਉਸ ਬੇਸ 'ਤੇ ਆਉਂਦੇ ਆ। ਅਜੇ ਐਨਕਲੈਕਸ 'ਚ ਅਵੈਲੂਏਸ਼ਨ ਅਤੇ ਕ੍ਰੀਏਸ਼ਨ ਦੇ ਬੇਸ ਵਾਲੇ ਕੁਐਸਚਨ ਆਉਣ ਨਹੀਂ ਲੱਗੇ ਅਤੇ ਆਪਾਂ ਉਮੀਦ ਕਰਦੇ ਹਾਂ ਵੀ ਅਗਲੇ ਕੁਛ ਸਾਲ ਇਹ ਨਹੀਂ ਆਉਣਗੇ ਅਤੇ ਆਪਣਾ ਜਿਹੜਾ ਐਨਕਲੈਕਸ ਦਾ ਲੈਵਲ ਆ ਉਹ ਸਿਰਫ ਕਿੱਥੇ ਤੱਕ ਆ, ਐਪਲੀਕੇਸ਼ਨ ਅਤੇ ਅਨਾਲਿਸਿਸ ਦੇ ਬੇਸ 'ਤੇ। ਦੇਖੋ ਇਹ 'ਚੋਂ ਆਪਾਂ ਕੋਈ ਸੌਖੀ ਜਿਹੀ ਐਗਜ਼ਾਮਪਲ ਲੈ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਮੈਂ ਤੁਹਾਡੇ ਨਾਲ ਆਪਾਂ ਇੱਕ ਫਿਜਿਕਸ ਦਾ ਕਨਸੈਪਟ ਡਿਸਕਸ ਕਰ ਲੈਂਦੇ ਹਾਂ। ਜਿਵੇਂ ਆਪਾਂ ਕਹਿੰਦੇ ਹਾਂ ਗ੍ਰੈਵਿਟੀ, ਗ੍ਰੈਵਿਟੀ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਧਰਤੀ ਹੈ ਉਹ ਆਪਣੇ ਤੋਂ ਹੌਲੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ, ਹੈ ਨਾ। ਪਰ ਜੇ ਤੁਸੀਂ ਫਿਜਿਕਸ 'ਚ ਹੋਵੋਗੇ ਆਪਾਂ ਬਲੈਕ ਹੋਲ ਦੀ ਗੱਲ ਨਹੀਂ ਕਰ ਰਹੇ, ਸੂਰਜ ਦੀ ਗੱਲ ਨਹੀਂ ਕਰ ਰਹੇ, ਧਰਤੀ 'ਤੇ ਰਹਿੰਦੇ ਹਾਂ, ਧਰਤੀ ਦੀ ਗੱਲ ਕਰਦੇ ਹਾਂ। ਵੈਸੇ ਤਾਂ ਆਪਾਂ ਵੀ ਧਰਤੀ ਨੂੰ ਖਿੱਚਦੇ ਹਾਂ ਪਰ ਆਪਾਂ ਜਾਂਦੇ ਧਰਤੀ ਵੱਲ ਕਿਉਂਕਿ ਧਰਤੀ ਦਾ ਮਾਸ ਜ਼ਿਆਦਾ ਆ। ਦੇਖੋ ਜੇ ਸਾਨੂੰ ਇਹ ਪਤਾ ਹੈ ਵੀ ਗ੍ਰੈਵਿਟੀ ਕਰਕੇ ਕੋਈ ਵੀ ਚੀਜ਼ ਕੀ ਜਾਊਗੀ ਐਂ ਥੱਲੇ ਨੂੰ ਜਾਊਗੀ, ਠੀਕ ਹੋਊਗੀ ਨਾ ਗੱਲ। ਅਤੇ ਦੇਖੋ ਆਪਾਂ ਹੁਣ ਇਹ ਦੇਖਦੇ ਹਾਂ ਵੀ ਇਹਦਾ ਐਨਕਲੈਕਸ ਦੇ ਵਿੱਚ ਸਿਗਨੀਫਿਕੈਂਸ ਕੀ ਹੈ। ਮੰਨ ਲਓ ਕਿਸੇ ਨੂੰ ਡੀਬੀਟੀ ਹੈ ਅਤੇ ਤੁਹਾਨੂੰ ਪਤਾ ਹੈ ਵੀ ਗ੍ਰੈਵਿਟੀ ਕਰਕੇ ਜਿਹੜਾ ਬਲੱਡ ਦਾ ਫਲੋ ਹੈ ਉਹ ਧਰਤੀ ਵੱਲ ਨੂੰ ਜਾਊਗਾ ਬਾਈ ਦਾ ਅਰਥ। ਫਿਰ ਜਦੋਂ ਕੋਈ ਬੰਦਾ ਪਿਆ ਹੁੰਦਾ ਜਿਹਨੂੰ ਡੀਬੀਟੀ ਹੋਈ ਹੋਵੇ ਤਾਂ ਆਪਾਂ ਨੂੰ ਇੱਦਾਂ ਦੇ ਕੁਸਚਨ ਆਉਂਦੇ ਹੁੰਦੇ ਨਾ ਵੀ ਉਹਦੀਆਂ ਲੈਗਸ ਕੀ ਕਰ ਦਿਉ, ਐਲੀਵੇਟ ਕਰ ਦਿਉ ਆਉਣ ਦਾ ਪਿੱਲੋ, ਤਾਂ ਕਿ ਜਿਹੜਾ ਬਲੱਡ ਦਾ ਫਲੋ ਆ ਉਹ ਜਿਹੜੀ ਆਪਣੀ ਸੈਂਟਰਲ ਸਰਕੂਲੇਸ਼ਨ ਹੈ ਉਹ 'ਚ ਜਾ ਸਕੇ। ਇੱਦਾਂ ਹੀ ਇਹਦੇ ਉਲਟ ਜੇ ਕਿਸੇ ਨੂੰ ਪੈਰੀਫਰਲ ਆਰਟਰੀ ਡਿਜ਼ੀਜ਼ ਹੈ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਉਹਦੇ ਸਰਕੂਲੇਸ਼ਨ 'ਚ ਬਲੱਡ ਜਾ ਨਹੀਂ ਰਿਹਾ। ਜੇ ਨਾ ਜਾ ਰਿਹਾ ਹੋਵੇ ਤਾਂ ਫਿਰ ਆਪਾਂ ਕੀ ਕਰਦੇ ਹਾਂ, ਪੈਰੀਫਰਲ ਆਰਟਰੀ ਡਿਜ਼ੀਜ਼ 'ਚ ਬੰਦੇ ਦਾ ਜਿਹੜਾ ਕੋਈ ਵੀ ਔਰਗਨ ਆ, ਮੰਨ ਲਓ ਲੱਤ ਆ ਜਾਂ ਬਾਂਹ ਆ, ਉਹਨੂੰ ਆਪਾਂ ਹਾਰਟ ਲੈਵਲ ਤੋਂ ਥੱਲੇ ਕਰ ਦਿੰਦੇ ਹਾਂ। ਕੀ ਕਰ ਦਿੰਦੇ ਹਾਂ, ਡਿਪੈਂਡੈਂਟ ਪੁਜੀਸ਼ਨ 'ਚ ਕਰ ਦਿੰਦੇ ਹਾਂ। ਇੱਦਾਂ ਤੁਸੀਂ ਬਹੁਤ ਵਾਰੀ ਪੜ੍ਹਿਆ ਹੋਊਗਾ ਕਿ ਜੇ ਕੋਈ ਬੰਦਾ ਸ਼ੌਕ 'ਚ ਚੱਲਿਆ ਗਿਆ ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਉਹਦਾ ਹੈੱਡ ਡਾਊਨ ਕਰ ਦਿੰਦੇ ਹਾਂ। ਅਤੇ ਜਦੋਂ ਹੈੱਡ ਡਾਊਨ ਕਰ ਦਿੰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ, ਗ੍ਰੈਵਿਟੀ ਕਰਕੇ ਜਿਹੜਾ ਬਲੱਡ ਦਾ ਫਲੋ ਆ ਬ੍ਰੇਨ ਨੂੰ ਜ਼ਿਆਦਾ ਚਲਿਆ ਜਾਂਦਾ ਅਤੇ ਜਿਹੜਾ ਬ੍ਰੇਨ ਡੈਮੇਜ ਆ ਉਹਨੂੰ ਆਪਾਂ ਪ੍ਰਿਵੈਂਟ ਕਰ ਸਕਦੇ ਹਾਂ, ਹੈ ਨਾ।
ਤੇ ਹੁਣ ਆਪਾਂ ਇੱਕ ਇਹਦੇ ਨਾਲ ਹੀ ਰਿਲੇਟਡ ਸੌਖਾ ਜਿਹਾ ਕੁਐਸਚਨ ਡਿਸਕਸ ਕਰਾਂਗੇ, ਜ਼ਿਆਦਾ ਹੀ ਸੌਖਾ ਕੁਐਸਚਨ ਡਿਸਕਸ ਕਰਾਂਗੇ। ਅਤੇ ਮੈਂ ਕੁਐਸਚਨ ਪੜ੍ਹਦਾ ਹਾਂ, ਇਹ ਚੀਜ਼ ਲਿਖਿਆ ਹੋਇਆ ਵੀ ਦ ਕਲਾਇੰਟ ਇਜ਼ ਡਾਇਗਨੋਸਿਸ ਵਿਦ ਮੈਟਾਸਟੇਸਿਸ ਔਫ ਪ੍ਰੋਸਟੇਟ ਕੈਂਸਰ ਟੂ ਦ ਬੋਨ ਹੈਵਿੰਗ ਅਰਾਊਂਡ ਦ ਕਲੋਕ ਪੇਨ ਮੈਡੀਟੇਸ਼ਨਸ ਵਿੱਚ ਨਰਸਿੰਗ ਇੰਟਰਵੈਂਸ਼ਨ ਸ਼ੁੱਡ ਨਰਸ ਇੰਪਲੀਮੈਂਟ। ਦੇਖੋ ਜਦੋਂ ਆਪਾਂ ਕੁਐਸਚਨ ਪੜ੍ਹਦੇ ਹਾਂ ਤਾਂ ਇਹ 'ਚ ਹੈ ਵੀ ਜਿਹੜਾ ਪ੍ਰੋਸਟੇਟ ਕੈਂਸਰ ਆ ਉਹਦਾ ਮੈਟਾਸਟੇਸਿਸ ਬੋਨ 'ਚ ਚਲਿਆ ਗਿਆ। ਜਦੋਂ ਬੋਨ 'ਚ ਚਲਿਆ ਗਿਆ ਤਾਂ ਆਪਣੇ ਦਿਮਾਗ 'ਚ ਇਹ ਕੰਸੈਪਟ ਜਿਹਾ ਬਣ ਜੂਗਾ ਵੀ ਹਾਈਪਰਕੈਲਸੀਮੀਆ ਹੋ ਸਕਦਾ ਹੈ ਜਾਂ ਕੁਛ ਹੋਰ, ਕੋਈ ਪੇਨ ਮੈਨੇਜਮੈਂਟ ਹੋ, ਪੇਨ ਦੀ ਅਸੈਸਮੈਂਟ ਕੀਤੀ ਹੋ, ਡਾਕਟਰ ਨੂੰ ਨੋਟੀਫਾਈ ਕਰਨਾ ਹੋ। ਪਰ ਇਹਦੇ ਆਪਸ਼ਨ ਹੈ ਜਿੱਦਾਂ ਦੀ ਕੋਈ ਗੱਲ ਨਹੀਂ ਹੈ। ਇਹਦੀ ਆਪਸ਼ਨ ਹੈਗਾ ਪ੍ਰਪੇਅਰ ਫੋਰ ਦ ਟ੍ਰਾਂਸਯੂਰੇਥਰਲ ਸੈਕਸ਼ਨ ਆਫ ਪ੍ਰੋਸਟੇਟ, ਕਿ ਹੁਣ ਆਪਾਂ ਨੂੰ ਪ੍ਰਪੇਅਰ ਕਰਾਂਗੇ ਵੀ ਆਪਾਂ ਉਹਦੀ ਟੱਪ ਕਰ ਦਈਏ। ਮੇਰਾ ਖਿਆਲ ਹੈ ਜੇ ਪੇਨ ਹੋ ਰਹੀ ਆ, ਰਾਊਂਡ ਦਾ ਕਲੋਕ ਪੇਨ ਮੈਡੀਕੇਸ਼ਨ ਦੇ ਰਹੇ ਹਾਂ, ਪੇਨ ਸ਼ਾਇਦ ਕੰਟਰੋਲ ਹੋਵੇ, ਫਿਰ ਹੁਣ ਤਾਂ ਟੱਪ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਟਾਸਟੇਸਿਸ ਹੋ ਚੁੱਕਿਆ ਹੈ। ਕੀਪ ਦ ਫੁੱਟ ਆਫ ਦ ਬੈੱਡ ਐਲੀਵੇਟ ਐਟ ਆਲ ਦਾ ਟਾਈਮ, ਉਹਦੇ ਫੁੱਟ ਹਮੇਸ਼ਾ ਐਲੀਵੇਟ ਰੱਖਣੇ। ਇਹਦਾ ਸਹੀ ਆਂਸਰ ਤੀਜਾ ਹੈ, ਪਲੇਸ ਦ ਕਲਾਇੰਟ ਔਨ ਏ ਸ਼ਡਿਊਲ ਬਾਵਲ ਰੈਜਮਨ। ਦੇਖੋ ਇਹ 'ਚ ਕੀ ਹੈਗਾ, ਕਲਾਇੰਟ ਨੂੰ ਉਹਦੇ ਸਕੈਚੂਲ ਮੁਤਾਬਕ ਟਾਈਮ ਟਾਈਮ ਜਦੋਂ ਵੀ ਉਹਨੂੰ ਅਰਜ਼ੀ ਹੁੰਦੀ ਹੈ ਉਹਨੂੰ ਆਪਾਂ ਕੀ ਕਰਾ ਦੇਣੀ ਆ, ਉਹਦੀ ਬਾਵਲ ਮੂਵਮੈਂਟ, ਉਹਦਾ ਕਾਰਨ ਕੀ ਹੈ। ਦੇਖੋ ਨਾ ਇੱਥੇ ਕੋਈ ਬਾਵਲ ਮੂਵਮੈਂਟ ਦੀ ਗੱਲ ਸਿੱਧੀ ਲਿਖੀ ਹੋਈ ਹੈ ਅਤੇ ਨਾ ਇੱਥੇ ਇਹ ਲਿਖਿਆ ਹੋਇਆ ਬਈ ਉਹਨੂੰ ਕੋਈ ਕੌਂਸਟੀਪੇਸ਼ਨ ਆ ਜਾਂ ਕਿੱਦਾਂ ਆ, ਨਾ ਉਹ ਇਮੋਬਿਲਿਟੀ 'ਤੇ ਹੈ। ਪਰ ਇਹ 'ਚ ਇੱਕ ਗੱਲ ਆ ਰਹੀ ਹੈ, ਅਰਾਊਂਡ ਦਾ ਕਲੋਕ ਪੇਨ ਮੈਡੀਕੇਸ਼ਨ। ਜਦੋਂ ਆਪਾਂ ਕੁਐਸਚਨ ਨੂੰ ਦੁਬਾਰਾ ਪੜ੍ਹਦੇ ਹਾਂ ਤਾਂ ਆਪਣੇ ਦਿਮਾਗ 'ਚ ਕਲਿੱਕ ਕਰਦਾ ਹੈ ਵੀ ਆਪਾਂ ਉਹਨੂੰ ਅਰਾਊਂਡ ਦਾ ਕਲੋਕ ਪੇਨ ਮੈਡੀਕੇਸ਼ਨ ਦੇ ਰਹੇ ਹਾਂ, ਠੀਕ ਹੈ। ਅਤੇ ਹੁਣ ਆਪਾਂ ਨੂੰ ਇਹ ਸਾਰਿਆਂ ਨੂੰ ਪਤਾ ਆ, ਇਹ ਨਰਸਿੰਗ ਦੇ ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੋਸਟਲੀ ਜਦੋਂ ਕੈਂਸਰ ਦੀ ਪੇਨ ਹੁੰਦੀ ਹੈ ਤਾਂ ਆਪਾਂ ਉਹਦੇ ਵਿੱਚ ਨਾਰਕੋਟਿਕ ਪੇਨ ਕਿਲਰਸ ਜਾਂ ਮੋਰਫੀਨ ਦਿੰਦੇ ਹਾਂ, ਠੀਕ ਹੋ ਗਈ ਗੱਲ। ਅਤੇ ਫਿਰ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੋਰਫੀਨ ਦਾ ਜਿਹੜਾ ਸਾਈਡ ਇਫੈਕਟ ਆ ਉਹ ਕੌਂਸਟੀਪੇਸ਼ਨ ਆ ਹਰੇਕ ਹੀ ਜਾਣਦਾ। ਅਤੇ ਫਿਰ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਦੋਂ ਵੀ ਕਿਸੇ ਨੂੰ ਬਾਵਲ ਮੂਵਮੈਂਟ ਦੀ ਅਰਜ਼ ਹੁੰਦੀ ਹੈ ਤਾਂ ਆਪਾਂ ਉਹਨੂੰ ਕੀ ਨਹੀਂ ਕਰਦੇ ਹੁੰਦੇ, ਕਹਿੰਦੇ ਹਾਂ ਡਿਨਾਈ ਨਹੀਂ ਕਰਨਾ, ਨਹੀਂ ਕੌਂਸਟੀਪੇਸ਼ਨ ਦਾ ਰਿਸਕ ਵੱਧ ਜਾਊਗਾ, ਠੀਕ ਹੈ ਨਾ। ਹੁਣ ਇਹਦੇ ਵਿੱਚ ਨਾ ਤਾਂ ਕਿਤੇ ਮੋਰਫੀਨ ਲਿਖੀ ਹੈ ਅਤੇ ਨਾ ਕੁਛ ਹੋਰ ਹੈ, ਪਰ ਇਹ ਆਪਾਂ ਅਨਾਲਿਸਿਸ ਕਰਨਾ ਆ ਆਪਣੀ ਨੌਲੇਜ ਦੇ ਬੇਸ 'ਤੇ ਵੀ ਹਾਂ ਇਹਦਾ ਕੀ ਚੱਲ ਰਿਹਾ ਹੋਊਗਾ ਮੋਰਫੀਨ, ਅਤੇ ਉਹਦੇ ਬੇਸ 'ਤੇ ਆਪਣੀ ਨੌਲੇਜ ਅਪਲਾਈ ਕਰਕੇ ਆਪਾਂ ਇਹਦਾ ਆਂਸਰ ਦੇਣਾ ਵੀ ਹਾਂ ਇਹਦੇ ਨਾਲ ਕੌਂਸਟੀਪੇਸ਼ਨ ਹੋਊਗੀ ਅਤੇ ਆਪਾਂ ਨੂੰ ਕੌਂਸਟੀਪੇਸ਼ਨ ਨਹੀਂ ਹੁੰਦੇ ਨੇ। ਇਹ ਆਪਾਂ ਇੱਕ ਬਹੁਤ ਜ਼ਿਆਦਾ ਸੌਖੇ ਲੈਵਲ ਦਾ ਕੁਐਸਚਨ ਡਿਸਕਸ ਕੀਤਾ ਜਿਹ 'ਚ ਆਪਾਂ ਆਪਣੀ ਜਿਹੜੀ ਨੌਲੇਜ ਉਹਨੂੰ ਅਪਲਾਈ ਵੀ ਕੀਤਾ ਅਤੇ ਅਨਾਲਿਸਿਸ ਵੀ ਕੀਤਾ ਕੁਐਸਚਨ ਦਾ। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਪੇਪਰ ਦੇ ਵਿੱਚ ਜਿਹੜੇ ਮੈਮਰੀ ਬੇਸਡ ਕੁਐਸਚਨ ਨਹੀਂ ਆਉਂਦੇ, ਆਪਣੇ ਜਿਹੜੇ ਇੰਡੀਆ ਦੇ ਜ਼ਿਆਦਾ ਕੋਲਜ ਹੈ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਵਿੱਚ ਬੱਚੇ ਆਮ ਹੀ ਕਹਿੰਦੇ ਵੀ ਸ਼ੀਟਾਂ ਭਰਦੇ ਆ ਨੰਬਰ ਮਿਲ ਜਾਂਦੇ ਆ, ਅਤੇ ਫਿਰ ਜਿਹੜਾ ਆਪਣਾ ਬੱਚਿਆਂ ਨੂੰ ਅਸੈਸ ਕਰਨ ਦਾ ਇੰਡੀਆ 'ਚ ਢੰਗ ਹੈ ਉਹ ਕਾਹਦੇ ਬੇਸ 'ਤੇ ਹੈ, ਜ਼ਿਆਦਾ ਉਹ ਰਿਮੈਂਬਰਿੰਗ 'ਤੇ ਆ, ਜਾਣੀ ਕਿ ਜਿਹੜਾ ਸਾਰਿਆਂ ਤੋਂ ਆਪਣਾ ਕੀ ਹੈਗਾ ਲੋਅਰ ਲੈਵਲ ਆ ਉੱਤੇ ਆ ਜਾਂ ਕੁਛ ਕੁਛ ਅੰਡਰਸਟੈਂਡਿੰਗ 'ਤੇ ਆ, ਐਪਲੀਕੇਸ਼ਨ 'ਤੇ ਨਹੀਂ ਹੈ। ਮੈਂ ਤੁਹਾਡੇ ਨਾਲ ਆਪਣੀ ਵੀ ਇੱਕ ਗੱਲ ਸ਼ੇਅਰ ਕਰਨੀ ਚਾਹੂੰਗਾ। ਮੈਂ 2002 ਦੇ ਵਿੱਚ US ਦੇ ਵਿੱਚ ਨਰਸਿੰਗ ਕਰਦਾ ਸੀ, ਜਦੋਂ ਸਾਨੂੰ ਨਰਸਿੰਗ 'ਚ ਐਡਮਿਸ਼ਨ ਮਿਲਿਆ ਨਾ ਤਾਂ ਉੱਥੇ ਸਾਰੇ ਬੱਚੇ ਜਿਹੜੇ ਥੋੜ੍ਹੇ ਜਿਹੇ
ਵਧੀਆ ਹੁੰਦੇ ਆ ਉਹਨੂੰ ਹੀ ਨਰਸਿੰਗ 'ਚ ਐਡਮਿਸ਼ਨ ਮਿਲਦਾ, ਇਹ ਤੁਹਾਨੂੰ ਪਤਾ ਹੀ ਹੋਊ। ਅਸੀਂ ਐਂ ਸਮਝ ਲਓ ਸਾਰੇ ਏ ਗ੍ਰੇਡ ਵਾਲੇ 4.0 GPA ਵਾਲੇ ਸਟੂਡੈਂਟ ਸੀਗੇ, 4.0 ਵਾਲੇ। ਅਤੇ ਜਦੋਂ ਅਸੀਂ ਅਨਾਟਮੀ, ਫਿਜ਼ੀਓਲੋਜੀ, ਮਾਈਕਰੋਬਾਇਓਲੋਜੀ ਪੜ੍ਹ ਕੇ ਨਰਸਿੰਗ 'ਚ ਗਏ, ਪਹਿਲਾ ਟੈਸਟ ਦਿੱਤਾ ਤਾਂ ਜਿਹੜੇ 90% ਤੋਂ ਉੱਤੇ ਵਾਲੇ ਸੀ ਸਟੂਡੈਂਟ ਸੀ, ਸਾਡੇ 70-75 ਹੀ ਲੱਗੇ। ਅਤੇ ਸਾਨੂੰ ਕੁਛ ਸਮਝ ਨਾ ਆਵੇ ਵੀ ਇਹ ਕੀ ਹੋ ਗਿਆ, ਅਤੇ ਸਾਨੂੰ ਸਾਡੇ ਟੀਚਰਾਂ ਨੇ ਥੋੜ੍ਹਾ ਥੋੜ੍ਹਾ ਦੱਸਿਆ ਵੀ ਇੱਦਾਂ ਇੱਦਾਂ ਪ੍ਰੈਕਟਿਸ ਨਾਲ ਹੈ ਨਾ, ਅਤੇ ਤੁਸੀਂ ਕੀ ਕਰੋਗੇ, ਇੰਪਰੂਵ ਕਰੋਗੇ। ਇਸ ਕਰਕੇ ਜਿਹੜਾ ਐਂਥਰੈਕਸ ਦਾ ਟੈਸਟ ਹੈ ਉਹ ਕਿਹੜੀ ਟੌਕਸਨਮੀ 'ਤੇ ਡਿਪੈਂਡੈਂਟ ਹੈਗਾ, ਮੋਸਟਲੀ ਬਲੂਮਸ 'ਤੇ। ਥੈਂਕ ਯੂ। ਅਤੇ ਇੱਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ ਜੀ।